ਸਾਡੇ ਨਾਲ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਕਮਲ ਖਹਿਰਾ ਹੋਰੀ ਨੇ ਕਮਲ ਖਹਿਰਾ ਹੋਰੀ ਨੰਬਰ ਪਾਰਲੀਮੈਂਟ ਨੇ ਬ੍ਰੈਂਪਟਨ ਵੈਸਟ ਤੋਂ ਪਰਨਾਲ ਦੀ ਨਾਲ ਹੀ ਉਹ ਮਿਨਿਸਟਰ ਨੇ ਡਾਈਵਰਸਿਟੀ ਦੇ ਇਨਕਲੂਜਨ ਦੇ ਐਂਡ ਪਰਸਨ ਵਿਦ ਡਿਸੇਬਿਲਟੀਜ਼ ਦੇ ਤੋਂ ਅਸੀਂ ਜਿੱਥੇ ਉਹਨਾਂ ਦੇ ਆਪਣੇ ਡਿਪਾਰਟਮੈਂਟ ਬਾਰੇ ਥੋੜੀ ਜੀ ਗੱਲਬਾਤ ਕਰਦੇ ਹਾਂ ਪਰ ਪਹਿਲਾਂ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ ਸਾਡੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਵੱਲੋਂ ਉਹਦੇ ਬਾਰੇ ਥੋੜੀ ਜਾਣਕਾਰੀ ਲਈਏ ਕਿਹੜੇ ਕਿਹੜੇ ਹਾਈਲਾਈਟਸ ਨੇ ਔਰ ਕੀ ਕੁਝ ਪ੍ਰੋਵੀਜ਼ਨ ਹੈਸ ਬਜਟ ਦੇ ਵਿੱਚ ਤੇ ਫਿਰ ਉਹਨਾਂ ਦਾ ਆਪਣਾ ਜਿਹੜਾ ਮੰਤਰਾਲਾ ਹੈ ਉਹਨਾਂ ਦੀ ਆਪਣੀ ਜਿਹੜੀ ਮਿਨਿਸਟਰੀ ਹੈ ਉਹਦੇ ਵਿੱਚ ਕੀ ਕੋਈ ਡਿਵੈਲਪਮੈਂਟਸ ਨੇ ਕਮਲ ਸਵਾਗਤ ਕਰਦਾ ਹਾਂ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਰਜਿੰਦਰ ਸਾਹਿਬ ਐਂਡ ਅ ਵੈਰੀ ਅ ਸਸਰੀ ਕਾਲ ਇਸ ਆ ਡੋਨਟ ਬੈਟ ਬਟ ਇਸ ਅ ਚਰ ਕਾਲ ਟੂ ਆਲ ਦ ਪ੍ਰੋਵਸੀ ਦ ਜਨੇਵ ਲਿਸਨਰਸ ਹੈਗੇ ਨੇ ਥੈਂਕ ਯੂ ਸੋ ਮੱਚ ਤੁਸੀਂ ਚੱਲ ਕੇ ਸਟੂਡੀਓ 'ਚ ਆਏ ਆਪਣੇ ਬੀਜ਼ੀ ਸ케ਜੂਲ 'ਚ ਟਾਈਮ ਕੱਢਿਆ ਅੱਛਾ ਬਜਟ ਕਾਫੀ ਇੰਪੋਰਟੈਂਟ ਹੈ ਇਸ ਵੇਲੇ ਕਿਉਂਕਿ ਜੋ ਹਾਲਾਤ ਬਣੇ ਹੋਏ ਨੇ बिकॉज ऑफ ਮੈਨੀ ਰੀਜਨਸ ਇੱਕ ਪਾਸੇ ਜਿਹੜਾ ਇਨਫਲੇਸ਼ਨ ਨੂੰ ਕੰਟਰੋਲ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਜਿਹੜੇ ਇੰਟਰਸਟ ਰੇਟ ਨਾ ਉਹ ਜੇ ਨਹੀਂ ਘਟ ਰਹੇ ਜਿਹੜੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਸਾਈਮਲਟੇਨੀਅਸਲੀ ریلیਟ ਵੀ ਕਰਦੇ ਆ ਤੋ ਜਿਹੜੇ ਮਿਨਿਸਟਰ ਹੈ ਫਾਈਨੈਂਸ ਦੇ ਕੋਲ ਬੜੀਆਂ ਲਿਮਟਿਡ ਚੁਆਇਸਿਸ ਸਿਗੀਆਂ ਕਿ ਹਾਊ ਟੂ ਪੁਟ एवरीथिंग ਯੂ نو ਅੰਡਰ ਵਨ ਪਲੇਟਫਾਰਮ ਤਾਂ ਕਿ ਸਭ ਨੂੰ ਕੁਝ ਨਾ ਕੁਝ ਮਿਲ ਸਕੇ ਐਬਸੋਲੂਟਲੀ ਤੇ ਦਿਓ ਜਾਣਕਾਰੀ ਜੀ ਬਿਲਕੁਲ ਆਈ ਮੀਨ ਤੁਸੀ ਬਿਲਕੁਲ ਸਹੀ ਗੱਲ ਕੀਤੀ ਹੈ ਯਾ ਕਿ ਯੂ نو ਪਿਛਲੇ ਹੀ ਹਫਤੇ ਸਾਡੀ ਸਰਕਾਰ ਨੇ ਸਾਡੇ ਪ੍ਰਾਈਮ ਸਾਡੇ ਫਾਈਨੈਂਸ ਮਿਨਿਸਟਰ ਜਿਹੜੇ ਆਪਣੀ ਡੈਪਟੀ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਬਜਟ 2024 ਰਿਵੀਲ ਕੀਤਾ ਇਹ ਬਜਟ ਦਾ ਇੱਕ ਕੀ ਮੇਨ ਏਮ ਹੈਗਾ ਹੈਗਾ ਯਾ ਉਹ ਏਮ ਹੈਗਾ ਕਿ ਆਪਾਂ ਲਾਈਫ ਕਿਵੇਂ ਹੋਰ ਫੇਅਰ ਬਣਾ ਸਕਦੇ ਹੈਗੇ ਆ ਫॉर ਏਵਰੀ ਸਿੰਗਲ ਜਨਰੇਸ਼ਨ ਪਾਰਟਿਕੁਲਰਲੀ ਜਿਹੜੀ ਆਪਣੀ ਯੰਗ ਜਨਰੇਸ਼ਨ ਹੈਗੀ ਆ ਯੂ نو ਆਪਾਂ ਸਾਰੇ ਮੈਨੂੰ ਯਾਦ ਆ ਹੈ ਨਾ ਆਪਾਂ ਸਾਰੇ ਜਦ ਆਨ ਹੈਗੇ ਆ ਇੱਥੇ ਆਰ ਪੇਰੈਂਟਸ ਆਉਂਦੇ ਆ ਗ੍ਰੈਂਡਪੇਰੈਂਟਸ ਇੱਥੇ ਆਉਂਦੇ ਹੈਗੇ ਆ ਵੀ ਆਲ ਐਕਸਪੈਕਟ ਕਿ ਯੂ نو ਇਫ ਯੂ ਗੋ ਟੂ ਸਕੂਲ ਇਫ ਯੂ ਵਰਕ ਹਾਰਡ ਕਿ ਤੁਹਾਨੂੰ ਉਹ ਸਕਸੈਸ ਮਿਲ ਸਕਦਾ ਹੈਗਾ ਯਾ ਐਂਡ ਆਰ ਜਨਰੇਸ਼ਨਸ ਹੈਵ ਡਨ ਰੀਲੀ ਵੈਲ ਐਕਸੈਪਟ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਯੂ نو ਆਪਾਂ ਕੋਵਿਡ ਦੇਖਿਆ ਯੂ نو 2008 ਰੈਸੈਸ਼ਨ ਦੇਖਿਆ ਹਾਊਸਿੰਗ ਜਿਹੜਾ ਚ ਮੇਨ ਆ ਜਿਹੜੀ ਜਨਸੀ ਅਤੇ ਜਿਹੜੀ ਮਿਲਲੀਅਨ ਕਹਿੰਦੇ ਹੈਗੇ ਆ ਵੀ نو ਦੈਟ ਦੇ ਹੈਵ ਨਾਟ ਬੀਨ ਲਾਈਫ ਹਸ ਨਾਟ ਬੀਨ ਫੇਅਰ ਫੋਰ ਥਮ ਸੋ ਆਹ ਜਿਹੜਾ ਬਜਟ ਹੈਗਾ ਇਟ ਰੀਲੀ ਫੋਕਸਡ ਔਨ ਮੇਕਿੰਗ ਸ਼ੁਰ ਕਿ ਹਰੇਕ ਜਨਰੇਸ਼ਨ ਨੂੰ ਕਿਵੇਂ ਉਹਨਾਂ ਦੀ ਲਾਈਫ ਅਸੀਂ ਹੋਰ ਫੇਅਰ ਬਣਾ ਸਕੀਏ ਤੇ ਆਹਾਂ ਸੀ ਕਰ ਰਹੇ ਹੈਗੇ ਆ ਥਰੀ ਬਿਗ ਪਿਲਰਸ ਜੀ ਬਹੁਤ ਸਿੰਪਲ ਬਜਟ ਹੈਗਾ ਆ ਪਹਿਲੇ ਸਾਨੂੰ ਜਾਣਦੇ ਹੈਗੇ ਆ ਵੀ ਨੀਡ ਟੂ ਬੀ ਬਿਲਡਿੰਗ ਮੋਰ ਹਾਊਸਸ ਫਾਸਟਰ ਆਪਾਂ ਨੂੰ ਪਤਾ ਹੈਗਾ ਜਿਹੜਾ ਕਿ ਹਾਊਸਿੰਗ ਚੈਲੰਜਸ ਹੈਗੇ ਆ ਵੀ ਨੀਡ ਟੂ ਬੀ ਡੂਇੰਗ ਏਵਰੀਥਿੰਗ ਪੋਸੀਬਲ ਆ தி ਫੈਡਰਲ ਸਰਕਾਰ ਇਜ਼ ਲਿਟਰਲੀ ਯੂਜ਼ਿੰਗ ਹਰੇਕ ਜਿਹੜਾ ਕੋਈ ਲੀਵਰ ਹੈਗਾ ਟੂ ਮੇਕ ਸ਼ûr ਦੈਟ ਵੀ ਆਰ ਇਨਵੈਸਟਿੰਗ ਐਂਡ ਬਿਲਡਿੰਗ ਮੋਰ ਹੋਮਸ ਫਾਸਟਰ ਅਸੀਂ ਕੀ ਕਰ ਰਹੇ ਹੈਗੇ ਆ ਤੁਸੀਂ ਜਾਣਦੇ ਹੈਗੇ ਹੋ ਯੂ ਨੋ ਪਹਿਲਾਂ ਤਾਂ ਆਪਾਂ ਨਾਹੀਂ ਸਿਰਫ ਹੋਰ ਕਾਰ ਬਣਾ ਰਹੇ ਹੈਗੇ ਪਰ ਜਿਵੇਂ ਆਪਾਂ ਕਾਰ ਬਣਾਉਨੇ ਹੈਗੇ ਆ ਉਹ ਇਨਵੈਸਟਮੈਂਟਸ ਵੀ ਕਰ ਰਹੇ ਹੈਗੇ ਆ ਵਿਦ ਅ ਨਿਊ ਕੈਟਲੌਗਸ that are coming in so that it's easier for builders to make those investments uh you know we've invested 400 million dollars ਜਿਹੜਾ ਕਿ ਹਾਊਸਿੰਗ ਐਕਸਲਰੇਟਰ ਫੰਡ ਹੈਗਾ ਆਪ ਤੁਹਾਨੂੰ ਪਤਾ ਹੀ ਹੋਗਾ ਇਹ ਫੰਡ ਦਾ ਕਿੰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ you know ਆਪਣੀ ਬ੍ਰੈਂਪਟਨ ਅਤੇ ਨਿਸਸਾਗਾ ਜਿਹੜੀ ਜਿਹੜੀ ਮਿਨਿਸਪੈਲਟੀਆਂ ਹੈਗੀਆਂ ਨੇ ਦੇ ਹੈਵ ਐਕਚੁਅਲੀ ਯੂਜ਼d this fund ਬਿਫੋਰ uh ਜਿਹਦੇ ਕਰਕੇ you know Brampton, have, been, have, have unlocked you know 12000 uh $12, thousand units right across these countries and this is going to do exactly that. In fact, Sadi Sarkar, ਜਿਹੜੇ ਸਾਡੇ ਮਿਨਿਸਟਰ ਹੈਗੇ ਆ ਸ਼ਾਨ ਫ੍ਰਿਜਰ ਮਿਨਿਸਟਰ ਆਫ ਹਾਊਸਿੰਗ ਹੀ ਹੈਜ਼ ਮੇਡ ਸ਼ੋਰ ਕਿ ਮੋਰ ਦੈਨ 100 ਮਿਨਿਸਪੈਲਿਟੀਆਂ ਨੇ ਜਿਨ੍ਹਾਂ ਨਾਲ ਇਹ ਡੀਲ ਜਿਹੜੀ ਹੈਗੀ ਆ ਰੀਚ ਹੋ ਗਈ ਆ ਜਿਦੇ ਨਾਲ 120000 ਜਿਹੜੇ ਨਵੇਂ ਨਵੇਂ ਯੂਨਿਟਸ ਹੈਗੇ ਨੇ ਉਹ ਅਨਲੌਕ ਹੋ ਚੁੱਕੇ ਨੇ 나ੜਹੀ 나ਰ 얘ਦेंद्र ਸਿਲਾ ਕਹ ਰਹੇ ਆ ਜੀ 6 ਬਿਲੀਅਨ ਡਾਲਰਸ ਫਾਰ ਦ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਜੀ ਆਪਾਂ ਜਾਣਦੇ ਹੈਗੇ ਜਿਹੜਾ ਘਰ ਘਰ ਨਹੀਂ ਬਣ ਸਕਦਾ ਅਨਲੈਸ ਯੂ ਹੈਵ ਇਨਫਰਾਸਟ੍ਰਕਚਰ ਅਰਾਊਂਡ ਇਟ ਸੋ ਵਾਟ ਵੀ ਆਰ ਸੇਇੰਗ ਟੂ ਦ ਪ੍ਰੋਵਿੰਸਸ ਐਂਡ ਟੈਰੀਟਰੀਜ਼ ਜੀ Okay, you have to do everything possible as well <laughs> to make sure you're building more homes faster. ਦੂਜੀ ਜਿਹੜੇ ਇਹਦੇ ਹਾਊਸਿੰਗ ਦੇ ਅੰਦਰ ਇੱਕ ਬਹੁਤ ਹੀ ਵੱਡਾ ਐਲੀਮੈਂਟ ਹੈਗਾ ਆ ਪਰਟਿਕੁਲਰਲੀ ਰੈਂਟਰਸ ਦੇ ਲਈ ਯੂ نو ਕਾਫੀ ਜਿਹੜੇ ਯੰਗ ਜਨਰੇਸ਼ਨ ਹੈਗੀ ਆ ਅ ਲੋਟ ਆਫ ਯੂ نو ਆਪਣੇ ਸਟੂਡੈਂਟਸ ਹੈਗੇ ਨੇ ਐਂਡ ਵੀ نو ਅ ਲੋਟ ਆਫ ਦਮ ਰੈਂਟ ਐਂਡ ਵੀ ਨੀਡ ਟੂ ਮੇਕ ਸ਼ੋਰ ਕਿ ਜਿਹੜੀ ਰੈਂਟਰ ਜਿਹੜੀ ਰੈਂਟਿੰਗ ਹੈਗੀ ਆ ਉਹ ਆਪਾਂ ਫੇਅਰ ਕਿਵੇਂ ਬਣਾ ਸਕਦੇ ਹੈਗੇ ਸੋ ਵੀ ਹੈਵ ਦ ਟੈਨੈਂਟ ਟੈਨੈਂਟ ਪ੍ਰੋਟੈਕਸ਼ਨ ਫਾਰ ਲੀ ਜਿਹੜਾ ਸੀ ਲੈ ਕੇ ਆ ਰਹੇ ਹੈਗੇ ਸੋ ਦੈਨ ਦੇ ਆਲਸੋ ਨੋ देयर ਰਾਈਟਸ ਐਟ ਦ ਸੇਮ ਟਾਈਮ ਜੀ ਕਈ ਵਾਰ ਤੁਸੀਂ ਰੈਂਟ ਕਰਦੇ ਰਹਨੇ ਹੈਗੇ ਪਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤੁਹਾਨੂੰ ਉਹਦਾ ਕੋਈ ਇਨਸੈਂਟਿਵ ਮਿਲਣਾ ਚਾਹੀਦਾ ਹੈਗਾ ਆ ਸੋ what we're making sure ke jet to see apartment kar rahe hageo and if you're paying your rent on time mm -hmm. this is going to count towards your credit score ਜੀ ਦੇ ਕਰਕੇ ਜੀ ਆਪਾਂ ਨੂੰ ਪਤਾ ਜੇ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਹੁੰਦਾ ਤੁਹਾਨੂੰ ਮਾਰਗੇਜ ਜਗੇ ਮਿਲ ਸਕਦੀ ਹੈਗੀ ਆ ਯੂ ਕੈਨ ਐਕਸ਼ੀ ਗੈਟ ਇਨਟੂ ਦਾ ਹਾਊਸਿੰਗ ਮਾਰਕੀਟ ਜੀ ਐਂਡ ਦਾ ਥਰਡ ਥਿੰਗ ਅਰੰਡ ਹਾਊਸਿੰਗ ਇਜ਼ ਇਜ਼ ਇਨਸ਼ੋਰਿੰਗ ਥੈਟ ਜਿਹੜੀ ਕਿ ਅਫੋਰਡੇਬਲ ਹਾਊਸਿੰਗ ਹੈਗੀ ਆ ਜਿਹੜੀ ਕਿ ਆਪਣੀ ਹੋਮਲੈਸ ਪੋਪੂਲੇਸ਼ਨ ਹੈਗੀ ਆ ਯਾ ਆਪਣੇ ਸਾਲਮ ਸੀਕਰਸ ਹੈਗੇ ਆ ਲਾਈਕ ਪੀਪਲ 댓 ਕੈਨ ਐਕਸ਼ੀ ਅਫੋਰਡ ਅ ਹੋਮ 댓 ਦੇ ਹੈਵ ਦ ਟ ਕਿ ਅਨਨ ਨੂੰ ਸਪੋਰਟ ਕਰ ਸਕੀਏ ਜ ਜਿਹੜਾ ਆਹ ਤਾਂ ਹੈਗਾ ਹਾਊਸਿੰਗ ਦੇ ਬਾਰੇ ਥੋੜਾ ਮੈਂ ਥੋੜੀ ਜਾਣਕਾਰੀ ਦਿੱਤੀ ਹੈਗੀ ਆ ਦੂਜਾ ਜਿਹੜਾ ਪਿਲਰ ਹੈਗਾ ਇਟਸ ਅਬਾਊਟ ਮੇਕਿੰਗ ਸ਼ੋਰ ਕਿ ਆਪਾਂ ਆਮ ਆਦਮੀ ਦੀ ਲਾਈਫ ਕਿਵੇਂ ਹੋਰ ਅਫੋਰਡੇਬਲ ਕਰ ਸਕਦੇ ਹੈਗੇ ਆ ਹੂੰ ਨ ਅਹ ਹਾਲੇ ਮੈਂ ਬੋਲ ਜ਼ਰੂਰੀ ਹੈਗਾ ਯਾ ਜਿਵੇਂ ਤੁਸੀਂ ਜਾਣਦੇ ਹੈਗੇ ਉਹ ਸਾਡੀ ਸਰਕਾਰ ਦਾ ਹਮੇਸ਼ਾ ਹੀ ਏਮ ਰਹਾ ਹੈਗਾ ਯਾ ਹਾਊ ਵੀ ਕੈਨ ਸਪੋਰਟ ਦ ਮੀਡਲ ਕਲਾਸ ਐਂਡ ਦੋਸ ਵਰਕਿੰਗ ਹਾਰਡ ਟੂ ਜੁਆਇਨ ਐਨਜੀ ਅ ਪਹਿਲਾਂ ਹੀ ਤੁਹਾਨੂੰ ਤੁਹਾਨੂੰ ਪਤਾ ਹੈ 2015 ਤੋਂ ਲੈ ਕੇ ਹੁਣ ਤੱਕ ਅਸੀਂ ਜਿੰਨੇ ਵੀ ਮੈਜਰਸ ਲੈ ਕੇ ਆਏ ਹੈਗੇ ਆ ਇਟਸ ਏਮਡ ਹੈ ਕਿ ਜਿਹੜੇ ਮੀਡਲ ਕਲਾਸ ਹੈਗਾ ਹੈ ਆਪਾਂ ਹੋਰ ਲੋਕਾਂ ਨੂੰ ਮੀਡਲ ਕਲਾਸ ਦੇ ਅੰਦਰ ਕਿਵੇਂ ਲੈ ਕੇ ਆ ਸਕਦੇ ਹੈਗੇ ਆ ਪਰਟਿਕੁਲਰਲੀ ਜਿਹੜੇ ਆਪਣੇ ਲੋ ਆ ਜਿਹਨੇ ਲੋ ਇਨਕਮ ਚ ਹੈਗੇ ਨੇ ਸੋ ਜੇ ਤੁਸੀਂ ਇਹਦੇ ਅੰਦਰ ਦੇਖੋ ਜੀ uh you know we've invested in you know canada child benefit bachchan de assi invest kita hai ga jide vichon hon in terio de andar more than 8000 dollars per child per a uh, family ji uh unnu extra paise aa rahe hai ya mil rahe hai ga assi 10 dollar a day child care agreement har ek na har ek province to territorial assi leke a chuke hai ga and in this budget we're investing even more ਜਿਹੜੇ ਕੀ ਆਪਣੇ ਅਰਲੀ ਲਰਨਿੰਗ ਐਂਡ ਚਾਈਲਡ ਐਜੂਕੇਟਰਸ ਹੈਗੇ ਨੇ ਤੇ ਨਾਲ ਹੀ ਨਾਲ ਜੀ ਜਿਹੜੇ ਇਨਫਰਾਸਟ੍ਰਕਚਰ ਹੋਣਾ ਚਾਹੀਦਾ ਹੈਗਾ ਟੂ ਬਿਲਡ ਮੋਰ ਚਾਈਲਡ ਕੇਅਰ ਸਪੇਸਸ ਸੋ we're working with provinces to do that ਇਹਦੇ ਨਾਲ ਹੀ ਨਾਲ ਜੇ ਤੁਸੀਂ ਦੇਖੋ ਅਸੀਂ 1 ਬਿਲੀਅਨ ਡਾਲਰ ਇਨਵੈਸਟ ਕੀਤਾ ਹੈਗਾ ਫਾਰ ਦਾ ਨਿਊ ਨੈਸ਼ਨਲ ਫੂਡ ਪ੍ਰੋਗਰਾਮ ਆਪਾਂ ਜਾਣਦੇ ਹੈਗੇ ਜਦ ਬੱਚਿਆਂ ਦੇ ਢਿੱਡ ਭਰੇ ਹੁੰਦੇ ਹੈਗੇ ਦੇ ਗਨ ਲਰਨ ਬੈਟਰ ਐਂਡ this is to support particularly ਜਿਹੜੇ ਯੰਗ ਬੱਚੇ ਹੈਗੇ that can afford to even have breakfast we know how important that is for some of those most ਵਲਨਰੇਬਲ ਕਮਿਊਨਿਟੀਜ਼ ਇਹਦੇ ਨਾਲ ਹੀ ਜੀ ਅਸੀਂ ਨਮਾ ਹੀ ਫੈਡਰਲ ਫਾਰਮਾ ਕੇਅਰ ਪ੍ਰੋਗਰਾਮ ਵਿਚ ਆਈ ਨੋ ਸੀ ਦੇ ਬਾਰੇ ਕਾਫੀ ਗੱਲ ਪਹਿਲਾਂ ਵੀ ਕੀਤੀ ਹੈਗੀ ਆ ਉਹ ਹੁਣ ਫੈਡਰਲ ਲੈਜਿਸਲੇਸ਼ਨ ਆਲਰੇਡੀ ਲੈ ਕੇ ਆ ਚੁੱਕੇ ਹੈਗੇ ਆ ਤੇ ਇਹਦੇ ਅੰਦਰ ਜਿਹੜੀ ਦੋ ਦਵਾਈਆਂ ਨੇ ਜੀ ਇੱਕ ਤਾਂ ਡਾਇਬੀਟਿਸ ਆਪਾਂ ਨੂੰ ਪਤਾ ਕਿੰਨਾ ਆਪਣੀ ਕਮਿਊਨਿਟੀ ਦੇ ਅੰਦਰ ਇਟ ਇਜ਼ ਅ ਬਿਗ ਥਿੰਗ ਵੀ ਨੋ ਆਪਣੀ ਇਨ ਫੈਕਟ ਚਾਰਾ ਵਿੱਚੋਂ ਇੱਕ ਮੈਂਬਰ ਆਫ ਦ ਫੈਮਿਲੀ ਵੀ ਨੋ ਇਜ਼ ਅਫੈਕਟਡ ਬਾਈ ਡਾਇਬੀਟਿਸ ਸੋ ਅਸੀਂ ਇਨਸੂਲਿਨ ਜੀ ਵੀ ਆ ਗੋਣਾ ਮੇਕ ਸ਼ੋਰ ਕਿ ਅਸੀਂ ਮੁਫਤ ਕਰੀਏ ਆਪਣੇ ਕੈਨੇਡੀਅਨਸ ਲਿਵਿੰਗ ਵਿਦ ਡਾਇਬੀਟਿਸ ਤੇ ਨਾਲ ਹੀ ਨਾਲ ਜੀ ਫੋਰ ਵੂਮਨ ਟੂ ਇਨਸ਼ੋਰ ਦੈਟ ਯੂ ਨੋ Know, we get free contraception mm -hmm. for women in this country doesn't matter to si kithe rehnde hageo naal hi naal ji thonu pata hagea je dental care di gal kariye i mean ahan sare affordability measures hage ne kyunki aapnu pata ya 9 million a canadian hage ne jehde ki uninsured hage ne jina kol apni dental care di coverage nahi hage so The Canada Dental Care Programme has 9 million uninsured Canadians they're going to get that dental care that they need. In fact, 1.5 million of have already signed up. Mm -hmm. uh, and it's going to be uh, an even more, uh, um, uh, end of the year, it's going to be 9 million Canadians who dental care. Something I'm very excited about as a Minister of Disabilities um, as well ਆਹ ਬਜਟ ਦੇ ਅੰਦਰ ਜੀ ਅਸੀਂ ਲੈ ਕੇ ਆ ਇਨਵੈਸਟ ਕਰ ਰਹੇ ਹੈਗੇ ਆ 6 ਬਿਲੀਅਨ ਡਾਲਰਸ 6.1 ਬਿਲੀਅਨ ਡਾਲਰਸ ਫॉर ਅ ਬ੍ਰਾਂਡ ਨਿਊ ਕੈਨੇਡਾ ਡਿਸੇਬਿਲਟੀ ਬੈਨੀਫਿਟ ਜੀ ਇਹਦੇ ਨਾਲ ਆਪਾਂ ਨੂੰ ਪਤਾ ਹੈ ਕਿ ਸਮ ਵਨ ਆਫ ਦਾ ਮੋਸਟ ਜਿਹੜੀ ਵਲਨਰੇਬਲ Uh, mm -hmm. uh, apni community, apni kandu, and then the lokne, oh working age persons with disabilities, saptojava garib, ohege mm -hmm. this is going to help uh, close to $2,400 per year tax-free, additional support maluga. we know how important that is. it's going to help ji, close to 600,000 persons with disabilities get that extra support that they need. so. ਜਿਵੇਂ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕਿ ਸਾਡੀ ਸਰਕਾਰ ਦਾ ਮੈਂ ਤਾਂ ਆਖਿਰਿਆ ਕਿ ਆਪਾਂ ਕਿਵੇਂ ਇੱਕ ਇਨਸਾਨ ਦੇ ਇਨਸਾਨ ਦੇ ਕੋਲ ਸੋਸ਼ਲ ਸੇਫਟੀ ਨੈਟ ਬਣਾਇਆ ਜਾਏ ਫ্রম ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਟੂਡੈਂਟਸ ਤੋਂ ਲੈ ਕੇ ਯੂ نو ਆਪਣੇ ਬਿਜ਼ਨੈਸਸ ਤੱਕ ਵੀ ਆਰ ਇਨਵੈਸਟਿੰਗ ਇਨ ਇਨ ਦੋਸ ਕਮਿਊਨਿਟੀਜ਼ ਤੇ ਜਿਹੜਾ ਜਿਹੜਾ ਤੀਜਾ ਪੱਧਰ ਹੈਗਾ ਆ ਇਹ ਬਜਟ ਦਾ ਉਹ ਹੈਗਾ ਕਿ ਆਪਾਂ ਇਕਨੋਮੀ ਹੈਗੀ ਉਹ ਆਪਾਂ ਕਿਵੇਂ ਗਰੋ ਕਰ ਸਕਦੇ ਹੈਗੇ ਜੀ ਕਿੰਨੀ ਟੈਕਨੋਲੋਜੀ ਆਪਾਂ ਦੇਖ ਰਹੇ ਹੈਗੇ ਆ ਆ ਰਹੀ ਹੈਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਅੱਗੇ ਹੈਗੀ so we need to make sure when investing so we're actually making tangible investments in artificial intelligence not hi na je apne small businesses hage ne in fact tusi jande hage saadi sarkar ne sab to ghat g7 de andar jede taxes hageya apne small businesses te kite hageya only 9% te assi jede hun canada jede new canada carbon rebate hageya 2.5 ਬਿਲੀਅਨ ਡਾਲਰ ਇਨਵੈਸਟ ਕਰ ਰਹੇ ਹੈਗੇ ਆ ਜਿਹੜੇ ਕਿ ਬਿਜ਼ਨੈਸਸ ਨੇ ਜਿਹੜੇ ਉਹਨਾਂ ਨੇ ਕਾਰਬਨ ਪ੍ਰਾਈਸ ਔਨ ਪੋਲੂਸ਼ਨ ਲਾਈ ਸੀਗੀ ਇਟਸ ਗੋਇੰ ਟੂ ਬੀ ਰਿਟਰਨਡ ਬੈਕ ਟੂ ਥਮ ਥਿਸ ਈਅਰ ਜੀ ਸੋ ਜੇ ਤੁਸੀਂ ਇੱਕ ਸਮਾਲ ਬਿਜ਼ਨਸ ਹੈਗੇ ਹੋ ਯੂ نو ਯੂ ਕੈਨ ਥਿੰਕ ਆਫ ਅ a dentist or you can think a grocery store it's close to 7000 dollars ji jada ki onu nu aha sal ਮਿਲ ਜੂਗਾ ਵਾਪਿਸ ਐਂਡ ਦੇ ਡੋਨਟ ਹੈਵ ਟੂ ਡੂ ਐਨੀਥਿੰਗ ਐਸ ਲੋਂਗ ਐਸ ਦੈ ਪੇਅਰ देयर ਟੈਕਸਸ ਦੇ ਆਰ ਗੋਇੰਗ ਟੂ ਬੀ ਅਬਲ ਟੂ ਗੈਟ ਦ ਸਪੋਰਟ ਨਾ ਹੀ ਨਾਲ ਜਿਹੜੇ ਆਪਣੇ ਬੱਚੇ ਹੈਗੇ ਆ ਪਰਟੀਕੁਲਰਲੀ ਜੇ ਆਪਣੇ ਯੰਗ ਜਿਹੜੀ ਜਨਰੇਸ਼ਨ ਹੈਗੀ ਆ ਇਟਸ ਸੋ ਇੰਪੋਰਟੈਂਟ ਕਿ ਜਿਹੜੇ ਆਪਣੇ ਯੰਗ ਅੰਟਰਪ੍ਰਨਿਓਰਸ ਹੈਗੇ ਨੇ ਉਹਨਾਂ ਚ ਆਪਾਂ ਇਨਵੈਸਟ ਕਰ ਰਹੇ ਹੈਗੇ ਆ ਅੱਜ ਅਸੀਂ ਅਨਾਉਂਸ ਕੀਤਾ ਜਿਹੜੇ ਕਿ ਆ థాంਕ ਯੂ ਪ੍ਰਵਾਸੀ ਵੀ ਉੱਥੇ ਮੀਡੀਆ ਵੀ ਉੱਥੇ ਪਹੁੰਚਾ ਸੀਗਾ ਕਿ ਅ ਅਸੀਂ 60 ਮਿਲੀਅਨ ਡਾਲਰਸ ਇਨਵੈਸਟ ਕਰ ਰਹੇ ਹੈਗੇ ਨੇ ਫਿਚਰ ਫਿਚਰ ਅਨਪੂਰ Future New Poor uh, Canada, mm -hmm. uh, which is actually going to help the start young uh, entrepreneurs on a non-for-profit organization we're investing in them and they're actually supporting more than thousands of uh, Young Entrepreneurs to start up their businesses, to make sure the economy grow and to make sure that they're supported. So we're actually making additional uh, you know, sixty million dollars of investment. to support the young generation ji aapnu pata hai ki jad middle class strong hundi hai gi jad apne young jehdi generation hai gi strong hundi hai gi it's not just good for now it's actually good for the rest of uh, future. in future as well so yeah. very excited about this budget ji hor bhi bahut element hage ne i know I, i spoke too much but i'm happy to talk about any of them so thank you so much tusi yeah. already major jehde highlights ne oh sadna share kar dete ne quickly jaan to pehla do teen gallan ik te jehdi sada ਯੂ ਰਿਪਰੈਜ਼ੈਂਟ ਬ੍ਰੈਂਪਟਨ ਵੈਸਟ ਰਾਈਡਿੰਗ ਬ੍ਰੈਂਪਟਨ ਹੋ ਗਿਆ ਪਾਰਟਿਕੂਲਰਲੀ ਪੀਲ ਹੋ ਗਿਆ ਵੀ ਆਰ ਦੇ ਨੋਟਿਸਿੰਗ ਕਿ ਜਿੱਦਾਂ ਪਿਛਲੇ ਕੁਝ ਟਾਈਮਾਂ ਦੇ ਵਿੱਚ ਕ੍ਰਾਈਮ ਵਧਿਆ ਹੈ ਹਾਂਜੀ ਹੈ ਨਾ ਕਾਰ ਜੈਕਿੰਗਸ ਹੈ ਕਾਰ ਥੈਫਟ ਹੈ ਬਹੁਤ ਜ਼ਿਆਦਾ ਵਧਿਆ ਪਿੱਛੇ ਜੀ ਸਮਿਟ ਵੀ ਹੋਇਆ ਜੀ ਬਾਬਾ ਔਰ ਬੜਾ ਵੱਡਾ ਸਮਿਟ ਸੀਗਾ ਐਂਡ ਆਈ ਹੋਪ ਕਿ ਉਹਦੇ ਕੁਝ ਰਿਜ਼ਲਟ ਆਨੇ ਸ਼ੁਰੂ ਹੋਏ ਆ ਕੁਝ ਟਾਈਮ ਪਾ ਕੇ ਆਣਗੇ ਸੋ देयर आर ਸੋ ਮੈਨੀ ਅਦਰ ਥਿੰਗਸ ਵਿਚ Uh, Peel or particularly Brampton is, uh, I mean, fighting for. ਤੇ ਉਹਦੇ ਲਈ ਕੋਈ ਪ੍ਰੋਵੀਜ਼ਨ ਕਿਸੇ ਤਰ੍ਹਾਂ ਦਾ ਜੀ ਬਿਲਕੁਲ I mean ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ ਪਰਟਿਕੁਲਰਲੀ ਜਿਹੜਾ ਟੂ ਮੇਕ ਸ਼ੋਰ ਕਿ ਆਟੋਟ ਹੈ ਦੀ ਗੱਲ ਕੀਤੀ ਜਾਏ ਤੁਸੀਂ ਬਿਲਕੁਲ ਠੀਕ ਆ देयर वाज ਅ ਬਿਗ ਸਮਿਟ ਜਿਹੜੀ ਕਿਸ ਫੈਡਰਲ ਸਰਕਾਰ ਨੇ ਰੱਖਿਆ ਸੀਗਾ ਜਿਹਦੇ ਅੰਦਰ ਇਨ ਫੈਕਟ ਸਾਡੇ ਮੇਅਰ ਵੀ ਆਪਣੀ ਪਿਅਰ ਰੀਜਨਲ ਪੁਲਿਸ ਵੀ देयर वर ਵੈਰੀ ਵੈਲ ਐਸਟੈਬਲਿਸ਼ਡ ਐਂਡ ਦੇ ਔਰ ਦੇਰ ਔਰ ਵਿਦ ਅਦਰ ਮਨਿਸਪੈਲਿਟੀਜ਼ ਕਿ ਕਲਾ ਪੀਅਲ ਦਾ ਇਸ਼ੂ ਨਹੀਂ ਹੈਗਾ ਇਟ ਇਜ਼ ਅ ਇਟ 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 ਕੈਨੇਡਾ ਵਾਈਡ ਇਸ਼ੂ ਇਸੇ ਕਰਕੇ ਜੀ ਅਸੀਂ ਨਾ ਹੀ ਸਿਰਫ ਇਨਵੈਸਟਮੈਂਟਸ ਲਾਈਕ ਆਏ ਹੈਗੇ ਐਂ ਟੂ ਮੇਕ ਸ਼ੋਰ ਆਪਣੇ ਰਿਸੋਰਸਸ ਹੋਣ ਆਪਣੇ ਪਿਓ ਪੁਲਿਸ ਦੇ ਅੰਦਰ ਪਰ ਐਟ ਦ ਸੇਮ ਟਾਈਮ ਜਿਹੜੇ ਪੋਰਟਸ ਆਫ ਐਂਟਰੀ ਹੈਗੇ ਨੇ ਦੈਟ ਦੇ ਹੈਵ ਦੋ ਸਿਕਿਓਰ ਸਕਰੀਨਿੰਗ ਇਨਫਰਾਸਟ੍ਰਕਚਰ ਐਸ ਵੈਲ ਇਹ ਬਜਟ ਦੇ ਅੰਦਰ ਇਸ ਐਕਚੁਅਲੀ देयर इज ਪ੍ਰੋਵੀਜਨਸ ਟੂ ਮੇਕ ਸ਼ੋਰ ਸੀਬੀਐਸ ਕੋਲ ਉਹ ਟੂਲਸ ਹੋਣ ਟੂ ਐਕਚੁਅਲੀ ਫਾਈਂਡ ਦੋਸ ਕ੍ਰਿਮੀਨਲਸ ਇਹ ਹਲੇ ਵੀ ਪਿੱਛੇ ਹੀ ਦੋ ਤਿੰਨ ਹਫਤਾ ਪਹਿਲਾਂ ਦੇ ਐਕਚੁਅਲੀ ਫਾਊਂਡ ਦੇ ਵਰ ਏਬਲ ਟੂ ਐਕਚੁਅਲੀ ਫਾਊਂਡ ਜਿਹੜੇ ਕਈ ਜਿਹੜੇ ਕਾਰਸ ਹੈਗੀਆਂ ਸੀਗੀਆਂ ਹੋ ਜਾ ਰਹੀਆਂ ਸੀ ਕਨਸਾਈਨਮੈਂਟ ਜਾ ਰਹੀ ਸੀਗੀ ਪਰ ਐਟ ਦ ਸੇਮ ਟਾਈਮਸ ਜੀ ਅਸੀਂ ਕ੍ਰਿਮਲ ਕੋਡ ਦੇ ਅੰਦਰ ਵੀ ਇਹ ਪ੍ਰੋਵੀਜ਼ਨਸ ਲਾ ਕੇ ਆਏ ਹੈਗੇ ਆ ਇਹ ਬਜਟ ਦੇ ਅੰਦਰ that is actually going to be making sure ਕਿ ਜਿਹੜੇ ਇਹ ਕ੍ਰਿਮਲਸ ਹੈਗੇ ਨੇ ਪਾਰਟਿਕੂਲਰ ਜਿਹੜੇ ਆਰਗੇਨਾਈਜ਼ ਕ੍ਰਾਈਮਸ ਦੇ ਨਾਲ ਇਨਵੋਲਵ ਹੈਗੇ ਨੇ ਟੂ ਐਕਚੁਅਲੀ మేਕ ਇਟ ਹਾਰਡਰ ਫਾਰ ਥਮ ਟੂ ਐਕਚੁਅਲੀ ਗੈਟ ਬੇਲ ਐਂਡ ਟੂ మేਕ ਸ਼ੋਰ ਕਿ ਉਹਨਾਂ ਨੂੰ ਜਿਉਂਨੇ ਕੋਈ ਇਕਰਾਮ ਕੀਤਾ ਹੈਗਾ ਦੇ ਸ਼ੁੱਡ ਬੀ ਬਿਹਾਈਂਡ ਬਾਰਸ ਓਕੇ ਤੁਸੀਂ ਖੁਦ ਇੱਕ ਇਮੀਗ੍ਰੈਂਟ ਪਰਿਵਾਰ ਤੋਂ ਹੋ ਯੂਅਰ ਪੇਰੈਂਟਸ ਕੇਮ ਹੇਅਰ ਆ ਤੁਸੀਂ ਦੇਖਦੇ ਹੋ ਕਿ ਜਿਹੜੇ ਲੋਕ ਇੱਥੇ ਕੈਨੇਡਾ ਚ ਆਉਂਦੇ ਆ ਸੁਪਨੇ ਲੈ ਕੇ ਆਉਂਦੇ ਆ ਔਰ ਇਹ ਕੰਟਰੀ ਸਭ ਨੂੰ ਅਮਬ੍ਰੇਸ ਕਰਦੀ ਹੈ ਆ ਬੀਇੰਗ ਮਿਨਿਸਟਰ ਆਫ ਡਾਈਵਰਸਿਟੀ ਹੈ ਨਾ ਐਂਡ ਇਨਕਲੂਜਨ ਬਹੁਤ ਕੁਝ ਤੁਸੀਂ ਕੰਟ੍ਰਿਬਿਊਟ ਕਰ پا ਰਹੇ ਹੋ ਔਰ ਆਈ ਹੋਪ ਇਟ ਇਜ਼ ਹੈਲਪਿੰਗ ਯੂ absolutely ji i mean mai always i had the best job in the world i mean sap todde job hai to represent my constituents of brampton west ji de ki ah uh, pichleyan 9 salan to hamesha inna pyar dende and i'm happy to continue to work and ji issues mudde hage we take them to the highest level possible to address them at the same time ji you know as a minister jim diversity inclusion and in persons with disabilities ah uh, canada the diversity a fact hai ji apan jaan de hageya strength ਕੈਨੇਡਾ ਦੀ ਹੈਗੀ ਆ ਉਹ ਆਪਣੀ ਡਾਈਵਰਸਿਟੀ ਤੋਂ ਡਾਈਵਰਸਿਟੀ ਤੋਂ ਉਹੀ ਆਈ ਹੈਗੀ ਆ ਐਂਡ ਇਟਸ ਰੀਲੀ ਇੰਪੋਰਟੈਂਟ ਕਿ ਆਪਾਂ ਹਮੇਸ਼ਾ ਹੀ ਅਪਹੋਲਡ ਕਰ ਸਕੀਏ ਉਹ ਡਾਈਵਰਸਿਟੀ ਮੇਕ ਸ਼ੁਰ ਕਿ ਅਸੀਂ ਹੋਰ ਲੋਕਾਂ ਨੂੰ ਇਨਕਲੂਡ ਕਰ ਸਕੀਏ ਟੂ ਮੇਕ ਸ਼ੁਰ ਦੈਟ ਦੈਟ ਦੇਅਰ ਪਾਰਟ ਆਫ ਦ ਸਕਸੈਸ ਆਫ ਕੈਨੇਡਾ ਯੂ نو ਅਪ੍ਰੈਲ ਦਾ ਮਹੀਨਾ ਹੈਗਾ ਆਪਾਂ ਜਾਣਦੇ ਹੈਗੀਆਂ ਸਿੱਖ ਹੈਰੀਟੇਜ ਮੰਥ ਹੈਗਾ ਆ ਐਂਡ ਇਟਸ ਸੋ ਇੰਪੋਰਟੈਂਟ ਕਿ ਜਦ ਆਪਾਂ ਆਪਣੇ ਸਿੱਖ ਹਿਸਟਰੀ ਦੀ ਗੱਲ ਕਰਦੇ ਹੈਗੀਆਂ ਦਰ ਇਜ਼ ਐਕਚੁਅਲੀ ਕੈਨੇਡੀਅਨ ਹਿਸਟਰੀ ਜੀ ਯੂ نو 180 ਸਾਲ ਪਹਿਲਾਂ ਆਪਣੇ ਪਹਿਲੇ ਜਿਹੜੇ ਸੈਕ ਸੀਗੇ ਉਹ ਆਏ ਸੀਗੇ ਫਰਮ ਦੈਨ ਟੂ ਨਾਓ ਯੂ نو ਵੇਰ the largest diaspora in in the world gethic yeah. canada than the sonu bahut maan hai ga ya kyunki sab to pehla jinne you know thodi gal kiti ja ya hor vi apne kinne you know uh, Trail business okay. Haggia, we're here because of all of you guys, yeah. and we're gonna continue to make sure that haggia, particularly diversity inclusion, multiculturalism act, We're upholding that every single time. You know, a You know, we we certainly know of the you know rise in hate that we're seeing also across this country. Uh, you know, a lot of divide ਚਾਹੁੰਦੇ ਨੇ ਕਿ ਕੰਟਰੀ ਡਿਵਾਈਡ ਹੋਏ ਜੀ ਬਟ ਵੀ ਨੋ ਆਪ ਸਾਡੀ ਕੰਟਰੀ ਤੇ ਕੈਨੇਡੀਅਨਸ ਆਰ ਐਕਚੁਅਲੀ ਬੈਟਰ ਵਨ ਵੀ ਆਰ ਯੂਨਾਈਟਿਡ ਆਪ ਹਸਾੜੀ ਵੈਲਿਊਜ਼ ਹੈਗੀਆਂ ਐਸ ਕੈਨੇਡੀਅਨਸ ਸੋ ਬਹੁਤ ਜੀ ਇਹ ਬਜਟ ਦੇ ਅੰਦਰ ਵੀ देयर ਇਜ਼ ਅ ਮੈ ਪਹਿਲਾਂ ਤਾਂ ਇੱਕ ਕੈਨੇਡਾਜ਼ ਐਕਸ਼ਨ ਪਲਾਨ ਆਮ ਕੰਬੈਟਿੰਗ ਹੇਟ ਉਹ ਲੈ ਕੇ ਆ ਰਹੀ ਹੈਗੀਆਂ ਉਸ ਦੇ ਅੰਦਰ ਕਾਫੀ ਮੈਜਰਸ ਨੇ ਟੂ ਸਪੋਰਟ ਕਮਿਊਨਿਟੀਜ਼ ਜਿਹੜਾ ਇਨਫਰਾਸਟ੍ਰਕਚਰ ਹੈ ਗਿਆ ਆ ਫਾਰ ਆਪਣੇ ਰਿਲੀਜੀਅਸ ਕਮਿਊਨਿਟੀਜ਼ ਲਾਈ ਨਾਹੀਂ ਨਾਲ ਟੂ ਮੇਕ ਸ਼ੋਰ ਕਿ ਆਪਾ ਸੈਲੀਬ੍ਰੇਟ ਕਰ ਸਕੀਏ ਜੀ ਆਪਣੀ ਡਾਈਵਰਸਿਟੀ ਸੋ देयर ਇਜ਼ ਅ Multiculturalism and anti-racism program, which is within my portfolio, g uh, that actually shares the diversity of our country. Then we always, say that diversity you know, it stems from right here in the region of Peel. Because Peel is jada diverse. I have the opportunity to be all over Canada, but it's diversity just reminds me that this is home and this is the breath of Canada start Thank you so much, ਬਹੁਤ ਸਾਰੇ ਲੋਕ ਉਹਨਾਂ ਦਾ ਡ੍ਰੀਮ ਹੈ ਕੈਨੇਡਾ ਆਣਾ ਪਰ ਕੈਨੇਡਾ ਆ ਕੇ ਜਦੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੁਲਕ ਦੇ ਵਿੱਚ ਵਾਕੇ ਹੀ ਜੋ ਸੁਣਦੇ ਰਹੇ ਉੱਥੇ ਕਿ ਹਰ ਇੱਕ ਨੂੰ ਬਰਾਬਰ ਦੇ ਰਾਈਟਸ ਨੇ ਬਰਾਬਰ ਦਾ ਸਤਕਾਰ ਹੈ ਔਰ ਚਾਹੇ ਪਗੜੀ ਦੀ ਗੱਲ ਕਰ ਲੋ ਚਾਹੇ ਹਿਜਾਬ ਦੀ ਗੱਲ ਕਰ ਲੋ ਕੋਈ ਵੀ ਰਿਲੀਜੀਅਸ ਤੁਸੀਂ ਕੋਈ ਵੀ ਰਿਲੀਜੀਅਨ ਨੂੰ ਮੰਨਦੇ ਹੋ ਉਹਨੂੰ ਇੱਥੇ ਬਰਾਬਰ ਦਾ ਸਨਮਾਨ ਸਤਕਾਰ ਮਿਲਦਾ ਹੈ ਔਰ ਇਹੀ ਕੈਨੇਡਾ ਦੀ ਸਭ ਤੋਂ ਵੱਡੀ ਸਟਰੈਂਥ ਹੈ ਔਰ ਸਨਮਾਨ ਹੈ ਕਿ ਇਸ ministry ਦੇ ਜਿਹੜੇ ਕਰਤਾ ਧਰਤਾ ਨੇ ਹੈਡ ਨੇ ਉਹ ਕਮਲ ਖਹਿਰਾ ਨੇ ਜੋ ਖੁਦ ਵੀ ਇਸੇ ਤਰ੍ਹਾਂ ਇੱਕ ਇਮੀਗ੍ਰੈਂਟ ਪਰਿਵਾਰ ਚੋਂ ਆਇਆ ਹੈ ਤਾਂ ਬਹੁਤ ਕੁਝ ਹੈ ਇਸ ਬਜਟ ਦੇ ਵਿੱਚ ਜਿਹੜਾ ਅਸੀਂ ਕਾਫੀ ਕਵਰ ਕੀਤਾ ਵੀ ਹੈ ਆਉਣ ਵਾਲੇ ਪ੍ਰੋਗਰਾਮ ਵਿੱਚ ਕਵਰ ਵੀ ਕਰਦੇ ਰਵਾਂਗੇ ਪਰ ਜੋ ਵੀ ਤੁਹਾਡਾ ਕੋਈ ਅਗਰ ਕੁਐਸਚਨ ਹੋਵੇ ਤੁਹਾਡੇ ਕੋਲ ਕੋਈ ਸਵਾਲ ਹੋਵੇ ਤੁਸੀਂ ਇਹਨਾਂ ਦੇ ਕੰਸਟੀਟੂਐਂਟ ਹੋ ਬਹੁਤ ਅੱਛਾ ਨਹੀਂ ਵੀ ਹੋ ਇਹਨਾਂ ਦੇ ਆਫਿਸ ਨੂੰ ਜ਼ਰੂਰ ਸੰਪਰਕ ਕਰੋ ਔਰ ਆਪਣੀ رائے ਵੀ ਦਿਓ ਬਜਟ ਬਾਰੇ ਦਿਓ ਕੋਈ ਹੋਰ ਇਸ਼ੂਸ ਤੁਹਾਡੇ ਹੈਗੇ ਉਹਨਾਂ ਤੱਕ ਜਰੂਰ ਪਹੁੰਚਾਓ ਕਮਲ ਥੈਂਕ ਯੂ ਸੋ ਮਚ ਤੁਸੀਂ ਆਏ ਸਮਾਂ ਕੱਢਿਆ ਔਰ ਮੈਨੂੰ ਪਤਾ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਬਜਟ ਪੂਰਾ ਕਵਰ ਨਹੀਂ ਹੋ ਸਕਦਾ ਪਰ ਥੈਂਕ ਯੂ ਸੋ ਮਚ ਫਿਰ ਵੀ ਗੱਲ ਕਰਨ ਲਈ ਨਹੀਂ ਬਹੁਤ ਥੋੜਾ ਬਹੁਤ ਬਹੁਤ ਧੰਨਵਾਦ ਮਿਸਟਰ ਸੈਨੀ ਤੁਸੀਂ ਹਮੇਸ਼ਾ ਹੀ ਜਿਹੜੇ ਕਿ ਵਧੀਆ ਚੀਜ਼ਾਂ ਹੈਗੀਆਂ ਨੇ ਬਜਟ ਦੇ ਅੰਦਰ ਜਾਂ ਯੂ نو ਜੀ ਕਮਿਊਨਿਟੀ ਦੇ ਚੈਲੰਜਸ ਵੀ ਹੁੰਦੇ ਆ ਤੁਸੀਂ ਹਮੇਸ਼ਾ ਸਾਡੇ ਨਾਲ ਸ਼ੇਅਰ ਕਰਦੇ ਹੈਗੇ ਹੋ ਐਂਡ ਆਮ ਵੈਰੀ ਹੈਪੀ ਕਿ ਆਪਾਂ ਯੂ نو ਵੀ ਕੈਨ ਕੰਟੀਨਿਊ ਟੂ ਮੈਂ ਫਿਰ ਦੁਬਾਰਾ ਜ਼ਰੂਰ ਆਉਂਗੀ ਜੀ ਬਹੁਤ ਐਲੀਮੈਂਟਸ ਨੇ ਜਿਹੜਾ ਆਪਾਂ ਹੋਰ ਕਵਰ ਕਰਾਂਗੇ ਬਟ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਔਰ ਇਹ ਸਾਡਾ ਫਰਜ਼ ਬੰਦਾ ਕਲੈਕਟਿਵਲੀ ਆਸੀਂ ਕੰਮ ਕਰੀਏ ਔਰ ਜਿਹੜੇ ਵੀ ਚੈਲੰਜਸ ਨੇ ਨਾਲ ਡੀਲ ਕਰੀਏ ਥੈਂਕ ਯੂ ਥੈਂਕ ਯੂ ਜੀ